ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਜੇਕਰ ਤੁਸੀਂ ਹੋ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ, ਜਿਵੇਂ ਲਵ ਮੈਰਿਜ, ਵਸ਼ੀਕਰਨ, ਲਾਟਰੀ ਨੰਬਰ, ਕੀਤਾ ਕਿਰਾਇਆ, ਪੀਆਰ ਦੀ ਸਮੱਸਿਆ, ਸੋਤਨ ਦੁਸ਼ਮਣ ਤੋਂ ਛੁਟਕਾਰੇ ਦਾ ਪੱਕਾ ਹੱਲ ਸਮਰਾਟ ਮਾਤਾ ਮੁਮਤਾਜ਼ ਜੀ ਕੋਲੋਂ ਗਰੰਟੀ ਨਾਲ ਕਰਵਾਓ, ਪਿਆਰ 'ਚ ਧੋਖਾ ਖਾਦੇ ਪ੍ਰੇਮੀ ਪ੍ਰੇਮਿਕਾਵਾਂ ਇੱਕ ਵਾਰ ਜ਼ਰੂਰ ਫੋਨ ਕਰਨ 73990-9786। ਮਾਨਸਾ 'ਚ ਕਿਸਾਨਾਂ ਦੀ ਫਸਲ ਦੀ ਰਖਵਾਲੀ ਕਰਨ ਵਾਲੇ ਰਖਵਾਲਿਆਂ ਨੂੰ ਮਾਨਸਾ ਪੁਲਿਸ ਨੇ ਗਊ ਤਸਕਰੀ ਦੇ ਆਰੋਪ 'ਚ ਗ੍ਰਿਫਤਾਰ ਕੀਤਾ ਹੈ, ਜਿਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਥਾਣਾ ਸਿਟੀ ਮਾਨਸਾ ਸਾਹਮਣੇ ਅਣਮਿੱਥੇ ਟਾਈਮ ਲਈ ਧਰਨਾ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਅਵਾਰਾ ਪਸ਼ੂਆਂ ਤੋਂ ਫਸਲ ਦੀ ਸੁਰੱਖਿਆ ਲਈ ਸਪੈਸ਼ਲ ਘੋੜ ਸਵਾਰ ਰੱਖੇ ਹੋਏ ਹਨ, ਜਿਨ੍ਹਾਂ ਨੂੰ ਪ੍ਰਤੀ ਏਕੜ ਮਿਹਨਤਾਨਾ ਵੀ ਦਿੱਤਾ ਜਾਂਦਾ ਹੈ। ਇਹ ਘੋੜ ਸਵਾਰ ਅਵਾਰਾ ਪਸ਼ੂਆਂ ਨੂੰ ਫੜ ਕੇ ਦੂਜੇ ਸ਼ਹਿਰਾਂ ਵਿੱਚ ਛੱਡ ਆਉਂਦੇ ਸਨ, ਪਰ ਪੁਲਿਸ ਨੇ ਉਹਨਾਂ ਨੂੰ ਬਿਨਾਂ ਵਜ੍ਹਾ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਨਾਲ ਕੁੱਟਮਾਰ ਕੀਤੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਪੁਲਿਸ ਉਹਨਾਂ ਨੂੰ ਰਿਹਾ ਨਹੀਂ ਕਰਦੀ ਉਦੋਂ ਤੱਕ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ। ਜੋ ਅੱਜ ਮਾਨਸਾ ਦੇ ਸਿਟੀ ਵਨ ਥਾਣੇ ਅੱਗੇ ਅਸੀਂ ਧਰਨਾ ਲਾਇਆ, ਇਸ ਥਾਣੇ ਦੇ ਵਿੱਚ ਜਿਹੜੇ ਕਿਸਾਨਾਂ ਵੱਲੋਂ ਆਪਦੇ ਪੈਸੇ ਇਕੱਠੇ ਕਰਕੇ ਖੇਤਾਂ ਦੇ ਵਿੱਚ ਬੀਜੀ ਹੋਈ ਫਸਲ ਨੂੰ ਅਵਾਰਾ ਪਸ਼ੂਆਂ ਤੋਂ ਰਾਖੀ ਲਈ ਰਾਖੇ ਰੱਖੇ ਹੋਏ ਹੈ, ਉਹਨਾਂ ਰਾਖਿਆਂ ਦੇ ਵਿੱਚੋਂ 3 ਜਣਿਆਂ ਨੂੰ ਇਸ ਥਾਣੇ ਵੱਲੋਂ ਫੜ ਕੇ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਕਿਸੇ ਦੀ ਮਾਮੂਲੀ ਸ਼ਿਕਾਇਤ 'ਤੇ, ਕਿਉਂਕਿ ਬੜਾ ਵੱਡਾ ਮਾਮਲਾ ਹੈ ਜਿੱਥੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਵੱਡੀਆਂ ਸਮੱਸਿਆਵਾਂ ਹੱਲ ਕਰਨ ਵੱਲ ਕੋਈ ਕਦਮ ਨਹੀਂ ਚੁੱਕਦੀ। ਉੱਥੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਪੰਜਾਬ ਦੇ ਕਿਸਾਨਾਂ ਨੂੰ ਔਰ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਆਮ ਵਰਗ ਦੇ ਲੋਕਾਂ ਨੂੰ ਜਿਹੜੀ ਅਵਾਰਾ ਪਸ਼ੂਆਂ ਦੀ ਵੱਡੀ ਸਮੱਸਿਆ ਹੈ, ਉਹਦਾ ਅਜੇ ਤੱਕ ਕੋਈ ਹੱਲ ਨਹੀਂ ਕੀਤਾ ਗਿਆ। ਨਾ ਕਿਸੇ ਗਊਸ਼ਾਲਾ ਦੇ ਵਿੱਚ ਅਵਾਰਾ ਪਸ਼ੂਆਂ ਨੂੰ ਰੱਖਿਆ ਜਾਂਦਾ ਹੈ, ਔਰ ਜਿਹੜੇ ਇਹ ਪਸ਼ੂ ਨੇ ਅਵਾਰਾ ਪਸ਼ੂ ਅਮਰੀਕੀ ਕਿਸਮ ਦੇ ਢੱਠੇ ਆ ਜਿਹੜੇ, ਇਹ ਖੇਤਾਂ ਦੇ ਖੇਤ ਚਰਦੇ ਹੈ, ਔਰ ਖੇਤਾਂ ਦੀ ਰਾਖੇ ਲਈ ਕਿਸਾਨਾਂ ਵੱਲੋਂ 200 ਰੁਪਇਆ ਪ੍ਰਤੀ ਏਕੜ ਬਾਸ ਇਕੱਠੀ ਕਰਕੇ ਇਹਨਾਂ ਰਾਖਿਆਂ ਨੂੰ ਦਿੱਤੀ ਜਾਂਦੀ ਹੈ, ਜਿੱਥੇ ਇਹ ਮਤਲਬ ਆਪਦੇ ਘੋੜਿਆਂ ਦੇ ਨਾਲ ਜਾਂ ਆਪਦੇ ਸਾਧਨਾਂ ਨਾਲ ਇੱਧਰੋਂ ਫੜ ਫੁੜ ਕੇ ਪਸ਼ੂ ਜਿਹੜੇ ਜਾਂ ਕਿਸੇ ਗਊਸ਼ਾਲਾ 'ਚ ਕੰਡਕਟ ਕਰਦੇ ਆ ਕਿਤੇ ਹੋਰ ਛੱਡਦੇ ਆ। ਉਹ ਪਰਸੋਂ ਅਤੇ ਸ਼ਾਮ ਨੂੰ ਜਿਹੜੇ ਕੁਛ ਕੁ ਪਸ਼ੂ ਆ ਜਿਹੜੇ ਅਮਰੀਕੀ ਢੱਠੇ ਲੱਦ ਰਹੇ ਸੀ, ਤਾਂ ਮਾਨਸਾ ਦੇ ਕਿਸੇ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ, ਤਾਂ ਉਹਦੇ ਆਧਾਰ 'ਤੇ 3 ਬੰਦਿਆਂ ਨੂੰ ਫੜ ਕੇ ਇਹਨਾਂ ਨੇ ਥਾਣੇ 'ਚ ਬੰਦ ਕੀਤਾ ਹੈ। ਔਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ, ਪੰਜਾਬ ਸਰਕਾਰ ਤੋਂ ਪੂਰੀ ਜ਼ੋਰਦਾਰ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਹੁਣੇ ਛੱਡਿਆ ਜਾਵੇ। ਗਾਹਾਂ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਰਾਖੇ ਹੈ ਉਹਨਾਂ ਨੂੰ ਨਾ ਮਤਲਬ ਕੀਤਾ ਜਾਵੇ, ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰੇ। ਖੇਤ ਚਰਦੇ ਆ ਉੱਥੇ, ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸੜਕ ਹਾਦਸੇ ਜਿੰਨੇ ਹੁੰਦੇ ਆ ਉਹ 'ਚ 90% ਅਵਾਰਾ ਪਸ਼ੂਆਂ ਦਾ ਕਾਰਨ ਹੈ। ਮੰਗ ਤਾਂ, ਪਹਿਲੀ ਮੰਗ ਤਾਂ ਇਹ ਸਾਡੀ ਇਹੀ ਹੈ ਵੀ ਬਿਨਾਂ ਸ਼ਰਤ ਤੋਂ ਇਹ ਛੱਡੇ ਜਾਣ, ਕੋਈ ਇਹਨਾਂ 'ਤੇ ਪਰਚਾ ਦਰਜ ਨਾ ਕੀਤਾ ਜਾਵੇ। ਅਗਰ ਜੇ ਪੁਲਿਸ ਪ੍ਰਸ਼ਾਸਨ ਧੱਕਾ ਕਰਦੀ ਆ ਤਾਂ ਅਸੀਂ ਆਪਦਾ ਸੰਘਰਸ਼ ਹੋਰ ਤੇਜ਼ ਕਰਾਂਗੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜੋ ਵੀ ਕੋਈ ਕਾਨੂੰਨੀ ਕਾਰਵਾਈ ਹੋਣੀ ਵੀ ਕਰਾਂਗੇ। ਪੁਲਿਸ ਪ੍ਰਸ਼ਾਸਨ ਸਾਡੇ 'ਚ ਧੱਕਾ ਕਰੀ ਹੈ। ਪਿੱਛੇ ਜੇ ਇੱਥੇ ਰੋਡ ਐਕਸੀਡੈਂਟ ਹੋਇਆ ਸੀ, ਸ਼ਹਿਰ ਦੇ ਪਦਵੰਤ ਤੇ ਸੱਜਣ ਮਰੇ ਸੀ, ਉਦੋਂ ਸਾਰੇ ਸਿਵ ਸੈਨੀ ਵਿੱਚ ਪੈ ਕੇ ਇਕੱਠੇ ਹੋ ਕੇ ਉਦੋਂ ਕਰਦੇ ਸੀ ਵੀ ਸਾਡੇ ਇਹ ਕੋਈ ਗਊ ਮਾਤਾ ਨਹੀਂ, ਕੋਈ ਇਹਦਾ ਮੀਟ ਪਲਾਂਟ ਲੱਗਿਆ ਜਾਵੇ। ਹੁਣ ਇਹ ਸਿਵ ਸੈਨਾ ਵਾਲੇ ਇਹ ਕਹਿ ਰਹੇ ਨੇ ਵੀ ਇਹਦਾ ਅੱਤਿਆਚਾਰ ਹੈ, ਦੱਸੋ ਕੀ ਅੱਤਿਆਚਾਰ ਗਊ ਦਾ? ਇੱਕ ਪਾਸੇ ਗਊ ਨੂੰ ਇਹ ਗਊ ਮਾਤਾ ਕਹਿ ਰਹੇ ਨੇ, ਦੂਜੇ ਜਿਹੜੇ ਬਾਪੂ ਤੁਰੇ ਬੰਦੇ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਬਾਪੂ ਜਾਂ ਪਿਤਾ? ਇਹ ਹਮ ਰਾਖੀ ਕਰਦੇ ਔਰ ਬੱਚੇ ਰਾਖੀ ਕਰਕੇ ਪਿੰਡ ਕੇ ਕੋਈ ਦਿਹਾੜੀ ਦੱਪਾ ਕਰਦੇ, ਇਸ ਸਮਝ ਲੈ। ਉਹ ਬੱਚੇ ਪਸ਼ੂ ਇੱਧਰ ਦੇ ਇੱਧਰ ਛਿੜ ਜਾਂਦੇ, ਇੱਧਰ ਦੇ ਇੱਧਰ ਛਿੜ ਜਾਂਦੇ, ਉਹ ਦੂਜੇ ਪਿੰਡ ਇੱਧਰ ਛਿੜ ਜਾਂਦੇ, ਉੱਧਰ ਉੱਧਰ ਛਿੜ ਜਾਂਦੇ। ਉਹ ਪਸ਼ੂ ਛੱਡਣ ਜਾਂਦੇ ਜੀ, ਇੰਨੇ ਕਿਸੇ ਨੇ ਸਿਖਾਤ ਕਰਤੀ ਸਾਡੇ ਜਵਾਕਾਂ 'ਤੇ, ਉਹ ਸਿਖਾਤ ਕਰਤੀ, ਪੁਲਿਸ ਵਾਲੇ ਆਏ ਸਾਡੇ ਜਵਾਕਾਂ ਨੂੰ ਲੈ ਕੇ ਫੜ ਕੇ, ਇਹਨਾਂ ਦੀ ਰਾਤ ਕੱਲ੍ਹ ਦੇ ਫੜੇ ਹੋਏ, ਮਾਰ ਕੁਟਾਈ ਕਰੀ ਜਾਂਦੇ। ਅਸੀਂ ਇੱਥੇ ਬੈਠੇ ਧਰਨਾ ਲਾ ਕੇ, ਜੇ ਸਾਡੇ ਜਵਾਕਾਂ ਨੂੰ ਨਾ ਛੱਡੇ ਅਸੀਂ ਤਾਂ ਇੱਥੇ ਮਰਾਂਗੇ ਸਾਰੇ। ਅਸੀਂ ਸਾਡੇ ਹੋਰ ਸਾਨੂੰ ਕਮਾ ਕੇ ਖਵਾਉਂਦੇ, ਜਿਹੜੇ ਦੰਦਾਂ 'ਚ ਕਰਕੇ ਖਵਾਉਂਦੇ, ਸਾਡਾ ਹੋਰ ਤਾਂ ਖੇਤੀਬਾੜੀ ਹੈ ਹੀ ਨਹੀਂ ਸਾਡੀ, ਕਹੇ ਹੋਰ ਸਾਡੀ ਕੋਈ ਦੁਕਾਨਾਂ ਨਹੀਂ ਹੈਗੀ ਆ ਵੀ ਇੱਥੇ ਅਸੀਂ ਘਰ ਫੈਕਟਰੀਆਂ 'ਚ ਲੱਗੇ। ਸਾਡਾ ਜੱਟਾਂ ਦਾ ਇਹੀ ਆ ਵੀ ਦਿਹਾੜੀ ਦੱਪਾ ਕਰਕੇ ਖਾਂਦੇ ਹਾਂ, ਹੈਂ, ਉਹ ਰਾਖੀ ਰੁੱਖੀ ਕਰਕੇ ਖਾਂਦੇ ਹਾਂ ਅਸੀਂ, ਉਹੀ ਕੰਮ ਆ ਸਾਡਾ। ਇਹ ਜੀ ਅਸੀਂ ਪਿੰਡਾਂ ਦੀ ਰਾਖੀ ਕਰਦੇ ਸੀ ਵੀ ਅਵਾਰਾ ਪਸ਼ੂ ਇੱਧਰੋਂ ਉੱਧਰੋਂ ਛੱਡ ਦਿੰਦੇ ਜਾਂ ਕੋਈ ਨੇੜੇ ਪਸ਼ੂ ਆਉਂਦੇ ਉਹਨੂੰ ਡੱਕ ਦਿੰਦੇ ਪਰਾਂ ਵੀ ਫਸਲ ਬਚਾਉਣ ਵਾਸਤੇ ਜੀ। ਉਹਦੇ ਬਾਅਦ ਅਸੀਂ ਪਸ਼ੂ ਪਰਾਂਟ ਪਾਉਂਦੇ ਸੀ ਜਾਂ ਕੋਈ ਮਤਲਬ ਕਿ ਕਮੇ ਛੱਡੀਏ ਗੱਡੀ 'ਚ ਪਰ ਛੱਡ ਦਿੰਦੇ, ਇੱਧਰ ਉੱਧਰੋਂ ਛੱਡ ਦਿੰਦੇ। ਉੱਧਰੋਂ ਇਹ ਪੁਲਿਸ ਨੇ ਕਿਸੇ ਨੂੰ ਦਾਅਵਾ ਕਰਤਾ ਅਤੇ ਸਾਡੇ ਰਾਖਿਆ ਨੇ ਬਾਈ ਨੂੰ ਫੜ ਕੇ ਅਤੇ ਕੁੱਟਿਆ ਪਾ ਬਹੁਤ ਉੱਥੇ ਵਾਹਣਾ ਵਾਹੁਣਾ 'ਚ, ਫਿਰ ਉੱਥੇ ਥਾਣੇ 'ਚ ਲਿਆ ਕੇ ਜੀ ਇੱਥੇ ਤਾੜ ਲਿਆ ਜੀ। ਅਸੀਂ ਜਿੰਨੇ ਤੱਕ ਇਹ ਛੱਡਦੇ ਨੇ ਨਾ, ਸਾਡੇ ਰਾਖਿਆ ਨੂੰ ਛੱਡਦੇ ਨਹੀਂ, ਉਹਨਾਂ ਤੱਕ ਅਸੀਂ ਉੱਥੇ ਰਹਾਂਗੇ, ਨਾ ਜਾਈਏ ਨਾ ਇੱਥੇ ਮਰਾਂਗੇ ਤਾਂ ਇੱਥੇ ਕੁਛ ਹੋ ਜਾਏਗਾ ਜੀ। ਇਸ ਸੰਬੰਧੀ ਥਾਣਾ ਮੁਖੀ ਤੋਂ ਲੈ ਕੇ DSP ਤੱਕ ਸਾਰੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਰੇ ਕੈਮਰੇ ਤੋਂ ਬਚਦੇ ਨਜ਼ਰ ਆਏ। ਮਾਨਸਾ ਤੋਂ ਮਨੀਸ਼ ਸ਼ਰਮਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।